ਕੀ ਨਾਂ ਤੁਹਾਡਾ? ਕੁਲਵੰਤ ਸਿੰਘ ਹੈ ਜੀ। ਅੱਜ ਰੀਲ ਆਈ ਹੈ, ਕੀ ਕਹਿਣਾ ਚਾਹੁੰਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਸ਼ਹੀਦ ਭਾਈ ਮਨੀ ਸਿੰਘ ਸੇਵਾ ਸੁਸਾਇਟੀ ਅਤੇ ਸਮੁੱਚੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜੀ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਹੈ ਸੰਗਤ ਦੇ ਸਹਿਯੋਗ ਨਾਲ। ਸਵੇਰ ਤੋਂ ਹੀ ਸ਼ਾਮ ਤੱਕ ਸਰੀਰ ਦਾ ਜਿਹੜਾ ਕਰ ਇਸ ਤਰ੍ਹਾਂ ਸੰਗਤ ਦੇ ਉਸ ਵਾਸਤੇ ਚੱਲੂਗਾ ਜੀ ਪ੍ਰੋਗਰਾਮ। ਇਸ ਤੋਂ ਇਲਾਵਾ ਮੈਂ ਇੱਕ ਹੋਰ ਵੀ ਅਪੀਲ ਕਰਨਾ ਸਮੁੱਚੀ ਸਿੱਖ ਸੰਗਤ ਨੂੰ ਕਿ ਜਿਸ ਤਰ੍ਹਾਂ ਆਪਾਂ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ 'ਤੇ ਠੰਡੇ ਮਿੱਠੇ ਜਲ ਦੀ ਛਬੀਲ ਦਾ ਪ੍ਰਬੰਧ ਕਰਦੇ ਹਾਂ, ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਅੱਜ ਕੱਲ੍ਹ ਆਪਣਾ ਜਿਹੜਾ ਵਾਤਾਵਰਣ ਹੈਗਾ ਇਹ ਬਹੁਤ ਹੀ ਗੰਧਲਾ ਅਤੇ ਬਹੁਤ ਹੀ ਮਤਲਬ ਪੋਲਿਊਸ਼ਨ ਹੋ ਚੁੱਕਿਆ ਹੈਗਾ। ਮੇਰੀ ਇਹ ਸਮੁੱਚੀ ਸੰਗਤ ਨੂੰ ਅਪੀਲ ਹੈ ਕਿ ਹਰ ਇਨਸਾਨ ਜੋ ਸ਼ਹੀਦੀ ਦਿਹਾੜੇ ਦੇ ਉੱਤੇ ਇੱਕ ਇੱਕ ਜੋ ਹੈ ਉਹ ਦਰੱਖਤ ਹੈ ਜੋ ਉਹ ਜੇ ਲਗਾਇਆ ਜਾਵੇ ਤਾਂ ਕਿ ਵਾਤਾਵਰਣ ਨੂੰ ਆਪਾਂ ਸ਼ੁੱਧ ਸਪਸ਼ਟ ਸਹੀ ਢੰਗ ਨਾਲ ਉਹ ਮੇਨਟੇਨ ਕਰ ਸਕੀਏ। ਸਮੁੱਚੀ ਸੰਗਤ ਨੂੰ ਮੇਰੀ ਇਹ ਅਪੀਲ ਹੈ ਕਿ ਵੱਧ ਤੋਂ ਵੱਧ ਦਰੱਖਤ ਹੈ ਜਿਹੜੇ ਉਹ ਲਾਉਣੇ ਚਾਹੀਦੇ ਨੇ ਆਪਾਂ ਨੂੰ। ਇਸ ਤੋਂ ਇਲਾਵਾ ਜੋ ਗੁਰੂ ਸਾਹਿਬ ਨੇ ਦੀ ਸ਼ਹੀਦੀ ਦਾ ਬਹੁਤ ਵੱਡਾ ਪੈਗਾਮ ਸੰਗਤਾਂ ਦੇ ਵਿੱਚ ਜੋ ਦਿੱਤਾ ਸੀਗਾ ਗੁਰੂ ਸਾਹਿਬ ਨੇ, ਗੁਰੂ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਵੱਧ ਤੋਂ ਵੱਧ ਸੇਵਾ ਹਰ ਸੰਗਤ ਨੂੰ ਇਕੱਠੇ ਹੋ ਕੇ ਕਰਨੀ ਚਾਹੀਦੀ ਹੈ। ਕਿੱਥੇ ਲਾਈਏ ਛਬੀਲ ਸਰ? ਇਹ ਛਬੀਲ ਜੀ ਅਸੀਂ ਤਖ਼ਤ ਸਾਹਿਬ ਦੇ ਬਿਲਕੁਲ ਸਾਹਮਣੇ ਦਮਦਮਾ ਸਾਹਿਬ ਤਖ਼ਤ ਸਾਹਿਬ ਤਲਵੰਡੀ ਸਾਬੋ ਵਿਖੇ ਲਾਈ ਹੈ, ਜੋ ਹਰ ਸਾਲ ਹੀ ਇੱਥੇ ਸੰਗਤ ਵੱਲੋਂ ਰਲ ਮਿਲ ਕੇ ਜਿੰਨੇ ਵੀ ਗੁਰੂ ਸਾਹਿਬ ਦੇ ਸਾਰੇ ਗੁਰੂਆਂ ਦੇ ਪ੍ਰਕਾਸ਼ ਦਿਹਾੜੇ ਆਉਂਦੇ ਨੇ ਜਾਂ ਵਿਸਾਖੀ ਦਾ ਵੱਡਾ ਮਹੱਤਵ ਹੈ ਜਿਸ ਤਰ੍ਹਾਂ ਆਪਣਾ ਮੇਲਾ ਲੱਗਦਾ ਹੈਗਾ, ਉੱਥੇ ਵੀ ਸਾਰੀ ਸੰਗਤ ਵੱਲੋਂ ਇਸ ਤਰ੍ਹਾਂ ਗੁਰੂ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈਗਾ ਅਤੇ ਬਾਕੀ ਵੀ ਸਾਰੇ ਜਿੰਨੇ ਵੀ ਗੁਰੂਆਂ ਦੇ ਗੁਰਪੁਰਬ ਆਉਂਦੇ ਨੇ ਉਹਨਾਂ 'ਤੇ ਜਿਸ ਤਰ੍ਹਾਂ ਦਾ ਵੀ ਮੌਕੇ ਦੇ ਮੁਤਾਬਕ ਕੋਈ ਮਾਹੌਲ ਹੁੰਦਾ ਹੈਗਾ ਉਹਦੇ ਮੁਤਾਬਕ ਸੇਵਾ ਸੰਗਤਾਂ ਵੱਲੋਂ ਰਲ ਮਿਲ ਕੇ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਤੁਸੀਂ ਦਰੱਖਤਾਂ ਦੀ ਗੱਲ ਕਰੀ ਹੈ, ਇਹ ਲੰਗਰ ਵੀ ਲਾਉਣੇ ਚਾਹੀਦੇ ਇਹੋ ਜਿਹੇ ਤਾਂ ਕਿ ਜਿਹੜਾ ਵਾਤਾਵਰਨ ਉਹ ਵਧੀਆ ਬਣ ਸਕੇ? ਬਿਲਕੁਲ ਜੀ, ਇਹ ਵੀ ਮੈਂ ਹੱਥ ਬੰਨ ਕੇ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀਆਂ ਬਾਕੀ ਹੋਰ ਸੰਸਥਾਵਾਂ ਵੀ ਹੈਗੀਆਂ ਨੇ ਜਿਹੜੀਆਂ ਕਿ ਇਕੱਲੇ ਲੰਗਰਾਂ ਦੀ ਸੇਵਾ ਕਰਦੀਆਂ ਨੇ ਉਹਨਾਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜਿਹੜੇ ਹੈਗੇ ਹੈ ਵੀ ਦਰੱਖਤਾਂ ਦੇ ਜਿਹੜੇ ਲੰਗਰ ਨੇ ਉਹ ਆਪਾਂ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜਿਆਂ 'ਤੇ ਜਾਂ ਪ੍ਰਕਾਸ਼ ਦਿਹਾੜਿਆਂ ਦੇ ਉੱਤੇ ਵੱਧ ਤੋਂ ਵੱਧ ਸੰਗਤਾਂ ਦੇ ਵਿੱਚ ਉਹ ਜਿਹੜੇ ਪੌਦਿਆਂ ਦੀ ਵੰਡ ਕਰੀਏ, ਸੰਗਤਾਂ ਦੇ ਵਿੱਚ ਵੰਡੀਏ ਤਾਂ ਕਿ ਜਿਹੜਾ ਹੈ ਆਪਾਂ ਵਾਤਾਵਰਨ ਨੂੰ ਵੀ ਨਾਲ ਦੀ ਨਾਲ ਸੁੱਧ ਅਤੇ ਸਾਫ਼ ਰੱਖ ਸਕੀਏ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਥ ਸ਼ਾਂਤੀ ਦੇ ਪੁੰਜ, ਐਸੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋ ਕਰਕੇ ਤਖ਼ਤ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਗੁਰਦੁਆਰਾ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਜੀ ਵਿਖੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਸਨ, ਜਿਨ੍ਹਾਂ ਦੀ ਅੱਜ ਸੰਪੂਰਨਤਾ ਹੋਈ ਹੈ ਅਤੇ ਬੇਅੰਤ ਸਿੱਖ ਸੰਗਤਾਂ ਨੇ ਭੋਗ ਸਮੇਂ ਹਾਜ਼ਰੀਆਂ ਭਰੀਆਂ ਗੁਰੂ ਚਰਨਾਂ 'ਚ ਨਤਮਸਤਕ ਹੋਣਾ ਕੀਤਾ ਹੈ। ਤਖ਼ਤ ਸਾਹਿਬ 'ਤੇ ਅੰਮ੍ਰਿਤ ਵੇਲੇ ਤੋਂ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ, ਜਿੱਥੇ ਤਖ਼ਤ ਸਾਹਿਬ 'ਤੇ ਗੁਰਬਾਣੀ ਸ਼ਬਦ ਕੀਰਤਨ ਦਾ ਸੰਗਤਾਂ ਆਨੰਦ ਮਾਣ ਰਹੀਆਂ ਨੇ। ਉੱਥੇ ਗੁਰੂ ਚਰਨਾਂ 'ਚ ਹਾਜ਼ਰੀ ਲਵਾਉਂਦੇ ਵੱਖ ਵੱਖ ਸੰਗਤਾਂ ਵੱਲੋਂ ਤਖ਼ਤ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਗਈਆਂ ਨੇ। ਗੁਰੂ ਕਿਰਪਾ ਕਰਨ ਸਭਨਾਂ ਨੂੰ ਗੁਰਸਿੱਖੀ ਜੀਵਨ ਨਾਮ ਦੀ ਦਾਤ, ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨ। ਨਾਲ ਸੰਗਤਾਂ ਨੂੰ ਵੀ ਅਪੀਲ ਹੈ ਕਿ ਜਿਵੇਂ ਗਰਮੀ ਦਾ ਬਹੁਤ ਵੱਡਾ ਮੌਸਮ ਹੈ, ਸਤਿਗੁਰੂ ਵਾਤਾਵਰਨ ਨੂੰ ਸੁਹਾਵਣਾ ਕਰਨ ਵਾਸਤੇ ਬਾਗ ਬਗੀਚੇ
ਇੱਦਾਂ ਦੀ ਮਹਾਰਾਜ ਬੜੀ ਸੇਵਾਵਾਂ ਆਪ ਕਰਾਉਂਦੇ ਰਹੇ ਨੇ ਅਤੇ ਸੰਗਤਾਂ ਨੂੰ ਵੀ ਇਹ ਅਪੀਲ ਬੇਨਤੀ ਹੈ ਕਿ ਆਪਾਂ ਨੇੜੇ ਤੇੜੇ ਜਿੱਥੇ ਵੀ ਕਿਤੇ ਆਪਣੇ ਘਰਾਂ 'ਚ ਆਸ ਪਾਸ ਦਰਖਤ ਲਾ ਕੇ ਵਾਤਾਵਰਨ ਨੂੰ ਸੁਹਾਵਣਾ ਬਣਾਉਣ ਵਾਸਤੇ, ਇਹ ਵੀ ਬਹੁਤ ਵੱਡੀ ਮਹਾਨ ਸੇਵਾ ਮਨੁੱਖਤਾ ਦੀ, ਇਹਦੇ ਵਿੱਚ ਵੀ ਯੋਗਦਾਨ ਆਪਾਂ ਨੂੰ ਪਾਉਣਾ ਚਾਹੀਦਾ। ਤਖ਼ਤ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ, ਮਾਣਯੋਗ ਸਿੰਘ ਸਾਹਿਬ ਜੀ ਵੱਲੋਂ ਸਿੱਖ ਸੰਗਤਾਂ ਦਾ ਇੱਥੇ ਆਉਣ 'ਤੇ ਬਹੁਤ ਧੰਨਵਾਦ ਜੀ।